लोहिया एसी बार चिकन चिल्ली बीयर बार ये मुर्गे दी लत्तां इन्हां बार नूं कढ़ियां हन। दो शराब दे ठेके जिहड़े आ संगतां दी श्रद्धा नूं सट मारदे हन। असीं पंजाब दे मुख्यमंत्री नूं मंग करदे हां कि आप जी ने वादा कीता कि साडी सरकार बणी असीं अमृतसर नूं पवित्र शहर दा दर्जा देवांगे। असीं इह मंग करदे हां कि पवित्र शहर दा दर्जा जिन्ना चिर नहीं मिलदा उन्ना चिर चौंक महा सिंह हाल गेट पाणा बीज विच खाणी शराब दे ठेके मीट दीआं दुकानां पान मीट दीआं दुकानां पक्के तौर ते बंद कीतीआं जाण। अमृतसर च श्री दरबार साहिब नूं जांदे रस्तिआं दे उपर मीट दीआं रेहड़ियां अते दुकानां सनी नशिआं दे खोखिआं संबंधी समाज सुधार संस्था दे वल्लों प्रदर्शन कीता गया। मंग कीती गई कि श्री दरबार साहिब नूं जांदे रस्तिआं दे विच जिन्हां वल्लों रेहड़ियां लगाईआं गईआं अते मीट दीआं दुकानां खोलीआं गईआं ने उन्हां नूं बंद करवाया जावे तां जो संगतां दी शरधा नूं ठेस ना पहुंचे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸੁਧਾਰ ਸੰਸਥਾ ਪੰਜਾਬ। ਅਸੀਂ ਪਿਛਲੇ ਲੰਮੇ 12-13 ਸਾਲਾਂ ਤੋਂ ਅਰਦਾਸ ਬੇਨਤੀਆਂ ਕਰ ਰਹੇ ਹਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ 'ਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ। ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਵਾਲਮੀਕਿ ਜੀ ਦਾ ਮੰਦਰ, ਸਭ ਧਰਮਾਂ ਦੇ ਧਾਰਮਿਕ ਸਥਾਨ ਜਿਹੜੇ ਆ, ਲੱਖਾਂ ਹੀ ਸੰਗਤਾਂ ਰੋਜ਼ਾਨਾ ਜਿਹੜੀਆਂ ਦੇਸ਼ ਵਿਦੇਸ਼ ਤੋਂ ਹਵਾਈ ਜਹਾਜ਼ਾਂ ਰਾਹੀਂ, ਰੇਲਾਂ ਰਾਹੀਂ, ਟ੍ਰੇਨਾਂ ਰਾਹੀਂ, ਬੱਸਾਂ ਰਾਹੀਂ, ਆਪਣੇ ਵਹੀਕਲਾਂ ਰਾਹੀਂ ਰੋਜ਼ਾਨਾ ਗੁਰੂ ਘਰ ਨਤਮਸਤਕ ਹੋਣ ਲਈ ਆ ਰਹੀਆਂ ਹਨ। ਇਹ ਸਭ ਤੋਂ ਪਹਿਲਾਂ ਬੱਸ ਅੱਡੇ ਤੋਂ ਸਭ ਤੋਂ ਪਹਿਲਾਂ ਚੌਂਕ ਹੈ ਚੌਂਕ ਮਹਾਂ ਸਿੰਘ, ਜਿੱਥੇ ਅਸੀਂ ਖੜੇ ਹਾਂ। ਲੋਹਿਆ ਏਸੀ ਬਾਰ ਚਿਕਨ ਚਿੱਲੀ ਬੀਅਰ ਬਾਰ ਇਹ ਮੁਰਗੇ ਦੀਆਂ ਲੱਤਾਂ ਇਹਨਾਂ ਬਾਹਰ ਨੂੰ ਕੱਢੀਆਂ ਹਨ। ਦੋ ਸ਼ਰਾਬ ਦੇ ਠੇਕੇ ਜਿਹੜੇ ਆ ਸੰਗਤਾਂ ਦੀ ਸ਼ਰਧਾ ਨੂੰ ਸੱਟ ਮਾਰਦੇ ਹਨ। ਇਸੇ ਤਰ੍ਹਾਂ ਅਸੀਂ ਪਾਨ ਬੀੜ ਦੀਆਂ ਦੁਕਾਨਾਂ, ਭਾਵੇਂ ਹਾਲ ਗੇਟ ਥਾਣੀ ਆ ਜਾਓ, ਉੱਥੇ ਮੱਛੀ ਮੰਡੀ ਦਾ ਬਾਜ਼ਾਰ ਹੈ, ਥਾਣਾ ਬੀ ਡਿਵੀਜ਼ਨ ਥਾਣੀ ਆ ਜਾਈਏ ਤੇ ਰੋਡ ਤੇ ਲਿਖਿਆ ਤੇ ਕਈਆਂ ਵਾਲੇ ਬਾਜ਼ਾਰ ਨੂੰ ਜਦੋਂ ਵੜੀਦਾ ਲਿਖਿਆ ਬਿੱਲਾ ਮੀਟ ਵਾਲਾ, ਰਾਜੂ ਮੀਟ ਵਾਲਾ, ਲਵਲੀ ਮੀਟ ਵਾਲਾ, ਹਲਾਲ ਮੀਟ ਵਾਲਾ, ਭਾਈ ਸਾਹਿਬ ਮੀਟ ਵਾਲਾ, ਜਿੰਮੀ ਮੀਟ ਵਾਲਾ ਤੇ ਨੇਕਾਂ ਹੀ ਦੁਕਾਨਾਂ ਜਿਹੜੀਆਂ ਜਲੇਬੀਆਂ ਵਾਲੇ ਚੌਂਕ ਦੇ ਲਾਗੇ, ਪਾਨ ਬੀੜੀ ਦੀਆਂ ਦੁਕਾਨਾਂ, ਧਰਮ ਸਿੰਘ ਮਾਰਕੀਟ ਦੇ ਲਾਗੇ ਲਿਖਿਆ ਪ੍ਰਗਾਸ ਮੀਟ ਵਾਲਾ, ਇਸ ਤਰ੍ਹਾਂ ਹਰ ਪਾਸੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦੇ ਧਾਰਮਿਕ ਸਥਾਨਾਂ ਦੇ ਪਵਿੱਤਰਤਾ ਜਿਹੜੀ ਆ ਭੰਗ ਹੋ ਰਹੀ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਕਰਦੇ ਹਾਂ ਕਿ ਆਪ ਜੀ ਨੇ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣੀ ਅਸੀਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵਾਂਗੇ। ਅਸੀਂ ਇਹ ਮੰਗ ਕਰਦੇ ਹਾਂ ਕਿ ਪਵਿੱਤਰ ਸ਼ਹਿਰ ਦਾ ਦਰਜਾ ਜਿੰਨਾ ਚਿਰ ਨਹੀਂ ਮਿਲਦਾ ਉਨਾ ਚਿਰ ਚੌਂਕ ਮਹਾਂ ਸਿੰਘ ਹਾਲ ਗੇਟ ਪਾਣਾ ਬੀਜ ਵਿੱਚ ਥਾਣੀ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਨ ਮੀਟ ਦੀਆਂ ਦੁਕਾਨਾਂ ਪੱਕੇ ਤੌਰ ਤੇ ਬੰਦ ਕੀਤੀਆਂ ਜਾਣ। ਇਹ ਚੌਂਕ ਮਹਾਂ ਸਿੰਘ ਦੇ ਵਿੱਚ ਸੁੰਦਰ ਸੁਨਹਿਰੀ ਗੇਟ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਦਾ ਹਾਰ ਦੇ ਉੱਤੇ ਧੰਨਵਾਦ ਵਾਲਾ ਦਰਸ਼ਨੀ ਡੋਰੀ ਬਣਾਈ ਜਾਵੇ, ਠੰਡੇ ਜਲ ਦੀਆਂ ਸਬੀਲਾਂ ਲੱਗਣ ਅਤੇ ਜੋ ਰਸਤੇ ਦੇ ਵਿੱਚ ਦੁਕਾਨਾਂ ਦੇ ਗਾੜੀ ਬਹੁਤ ਵੱਡੇ ਪੱਧਰ ਤੇ ਦੁਕਾਨਾਂ ਲਾਈਆਂ ਹੋਈਆਂ ਹਨ, ਅਵਾਰਾ ਜਿਹੜੇ ਆ ਕੁੱਤੇ ਸਰੇਆਮ ਉੱਥੇ ਚੌਂਕਾਂ ਦੇ ਵਿੱਚ ਰਸਤਿਆਂ ਦੇ ਵਿੱਚ ਬੈਠੇ ਰਹਿੰਦੇ ਹਨ, ਮੰਗਣ ਵਾਲੇ ਸੰਗਤਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ ਤੇ ਉਹਨਾਂ ਤੇ ਜਿਹੜੀ ਆ ਪ੍ਰਸ਼ਾਸਨ ਜਿਹੜਾ ਕੁੰਭਕਰਨੀ ਨੀਂਦੇ ਸੁੱਤਾ ਪਿਆ ਹੈ। ਅਸੀਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਲਈ ਅਤੇ ਧਾਰਮਿਕ ਮੁਖੀਆਂ ਨੂੰ ਜਗਾਉਣ ਲਈ ਇੱਕ ਮੈਸੇਜ ਦੇ ਰਹੇ ਹਾਂ ਕਿ ਜਦੋਂ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ, SSP ਬਣ ਜਾਵੇ, DC ਬਣ ਜਾਵੇ, ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਰਗਿਆਣਾ ਮੰਦਰ ਜਾਂਦੇ ਹਨ। ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ SSP ਸਾਹਿਬ ਕੋ, DC ਸਾਹਿਬ ਕੋ, ਮੁੱਖ ਮੰਤਰੀ ਪੰਜਾਬ ਕੋ ਕਿ ਖੁਸ਼ੀਆਂ ਲੈਣ ਦਰਬਾਰ ਸਾਹਿਬ ਆਉਂਦੇ ਹੋ, ਸ੍ਰੀ ਦੁਰਗਿਆਣਾ ਮੰਦਰ ਜਾਂਦੇ ਹੋ, ਇਹਨਾਂ ਦੇ ਰਸਤਿਆਂ ਦੇ ਵਿੱਚ ਜੋ ਪਵਿੱਤਰਤਾ ਜਿਹੜੀ ਆ ਭੰਗ ਹੋ ਰਹੀ ਹੈ, ਨਸ਼ਿਆਂ ਦੇ ਅੱਡੇ ਬਣੇ ਹੋਏ ਹਨ, ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ, ਪਾਨ ਬੀੜੀ ਦੀਆਂ ਦੁਕਾਨਾਂ ਸੰਗਤਾਂ ਦੀ ਸ਼ਰਧਾ ਨੂੰ ਸੱਟ ਮਾਰੀਆਂ ਹਨ, ਉਹਨਾਂ ਬਾਰੇ ਕਿਉਂ ਨਹੀਂ ਜਿਹੜੀ ਆ ਇਹ ਪੱਕੇ ਤੌਰ ਤੇ ਬੰਦ ਕਰਦੇ। ਦੱਸਦੀ ਕਿ ਸਮਾਜ ਸੁਧਾਰ ਸੰਸਥਾ ਦੇ ਮੈਂਬਰਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਵਿੱਚ ਦੁਕਾਨਾਂ ਮੀਟ ਦੀਆਂ ਖੋਲੀਆਂ ਹੋਈਆਂ ਨੇ ਤੇ ਸ਼ਰਾਬ ਦੇ ਠੇਕੇ ਨੇ, ਉਹਨਾਂ ਨੂੰ ਬੰਦ ਕਰਵਾਇਆ ਜਾਵੇ ਜਿਨ੍ਹਾਂ ਦੇ ਨਾਲ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚ ਰਹੀ ਹੈ। ਉਹਨਾਂ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇ, ਇਹਨਾਂ ਰਸਤਿਆਂ ਦੇ ਉੱਪਰ ਅਜਿਹੀਆਂ ਰੇੜੀਆਂ ਅਤੇ ਖੋਖੇ ਚੁਕਵਾਏ ਜਾਣ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਹਨਾਂ ਦੇ ਵੱਲੋਂ ਸੰਘਰਸ਼
ਹੋਰ ਵੀ ਤਿੱਖਾ ਕੀਤਾ ਜਾਵੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।